ਕਿਸੇ ਦੀ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹ ਸਰਕਾਰ ਦਾ ਵੀ ਕੋਈ ਰੋਲ ਪਿਛਲੀਆਂ ਸਰਕਾਰਾਂ ਨਾਲੋਂ ਬਿਹਤਰ ਨਿਕਲ। ਠੀਕ ਹੈ, ਤੁਸੀਂ ਫੋਟੋਆਂ ਖਿਚਾ ਰਹੇ ਹੋ, ਤੁਸੀਂ ਪਾਣੀ ਦੇ ਵਿੱਚ ਖੜ ਕੇ ਪਜਾਮੇ ਟੰਗ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਫੇਸਬੁੱਕ 'ਤੇ ਪਾ ਰਹੇ, ਪਰ ਉਹ ਹੱਲ ਨਹੀਂ ਗਾ। ਪ੍ਰਤਾਪ ਸਿੰਘ ਕੈਰੋਂ ਨੇ ਇਹਨਾਂ ਦਰਿਆਵਾਂ ਨੂੰ ਬੰਨ ਲਏ ਸੀਗੇ। ਮੇਰਾ ਨਹੀਂ ਖਿਆਲ ਪ੍ਰਤਾਪ ਸਿੰਘ ਕੈਰੋਂ ਨੇ ਕਿਸੇ ਦਰਿਆ ਦੇ ਵਿੱਚ ਖੜ ਕੇ ਪਜਾਮਾ ਟੰਗ ਕੇ ਆਪਣੇ ਪੈਰ ਜਿਹੜੇ ਗੰਦੇ ਦਿਖਾ ਕੇ ਅਤੇ ਉਹ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਦਰਿਆਵਾਂ ਨੂੰ ਬੰਨ ਲਾ ਦਿੱਤੇ ਨੇ। ਔਰ ਦਰਿਆ ਨੂੰ ਬੰਨ ਲਾਉਣਾ ਕੋਈ ਛੋਟੀ ਗੱਲ ਨਹੀਂ ਸੀਗੀ, ਲੇਕਿਨ ਹੁਣ ਸਰਕਾਰਾਂ ਜ਼ਿਆਦਾ ਪਬਲਿਸਿਟੀ, ਮਸ਼ਹੂਰੀ ਔਰ ਇਸ਼ਤਿਹਾਰਬਾਜ਼ੀ ਇਹਦੇ 'ਚ ਪੈ ਗਈ ਆ। ਅਸਲ ਕੰਮ ਚੰਡੀਗੜ੍ਹ ਵਿੱਚ ਬੈਠ ਕੇ, ਜਿਹੜਾ ਏਰੀਅਲ ਸਰਵੇ ਕਹਿੰਦੇ ਨਾ ਕਿ ਜਹਾਜ਼ਾਂ 'ਚ ਘੁੰਮਦੇ, ਉਹ ਵੀ ਕੋਈ ਲੋੜ ਨਹੀਂ। ਅੱਜ ਕੱਲ੍ਹ ਸੈਟੇਲਾਈਟ ਇਮੇਜਸ, ਸਾਰੇ ਪੰਜਾਬ ਦੀ ਸੈਟੇਲਾਈਟ ਇਮੇਜ ਆਪਣੇ ਕੋਲ ਆ ਚੁੱਕੀ ਆ। ਇਕੱਲੇ ਇਕੱਲੇ ਡਿਸਟ੍ਰਿਕਟ ਨੂੰ ਤੁਸੀਂ ਮੈਪ ਕਰ ਸਕਦੇ ਹੋ, ਇਕੱਲੇ ਇਕੱਲੇ ਤਹਿਸੀਲ ਨੂੰ ਕਿੰਨੀ ਫਸਲ ਖਰਾਬ ਹੋਈ, ਕਿੰਨਾ ਨੁਕਸਾਨ ਹੋਇਆ, ਸਾਰਾ ਕੁਝ ਤੁਹਾਡੇ ਸਾਹਮਣੇ ਆ। ਲੇਕਿਨ ਉਸ ਨਵੀਂ ਟੈਕਨੀਕ ਨੂੰ ਛੱਡ ਕੇ ਆਪਾਂ ਸਿਰਫ ਦਿਖਾਉਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਪਾਣੀ ਦੇ ਵਿੱਚ ਵੜ ਗਏ, ਪੈਰ ਲਿਬੜ ਗਏ, ਪਜਾਮਾ ਲਿਬੜ ਗਿਆ। ਦੈਟ ਇਜ਼ ਨੋਟ ਦ ਸੋਲਿਊਸ਼ਨ। ਸੋਲਿਊਸ਼ਨ ਲਾਈਜ਼ ਫਰੋਮ ਚੰਡੀਗੜ੍ਹ, ਵੈਰੀ ਸਟਰੋਂਗ ਐਡਮਿਨਿਸਟ੍ਰੇਟਿਵ ਡਿਸੀਜਨਸ। ਮੇਰਾ ਨਹੀਂ ਖਿਆਲ ਕਿ ਪਿਛਲੇ 10 ਦਿਨ ਤੋਂ ਜਦ ਦਾ ਇਹ ਹੜ੍ਹ ਆਇਆ ਵਾ, ਕੋਈ ਸਟਰੋਂਗ ਐਡਮਿਨਿਸਟ੍ਰੇਟਿਵ ਮੇਜਰ। ਆ ਜਿੰਨੀ ਸੇਵਾ ਹੋ ਰਹੀ ਤੁਸੀਂ ਆਪ ਜਨਤਾ ਨੂੰ, ਲੋਕਾਂ ਨੂੰ ਪੁੱਛ ਸਕਦੇ ਹੋ, ਇਹ ਸਾਰੇ ਆਪ ਮੁਹਾਰੇ ਪੰਜਾਬ ਦੇ ਪਿੰਡਾਂ 'ਚੋਂ ਲੋਕ ਇਕੱਠਾ ਕਰਕੇ ਰਾਸ਼ਨ NRIs ਵਿੱਚ ਯੋਗਦਾਨ ਪਾ ਕੇ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਆ ਸਾਰਾ ਜਿਹੜੀ ਮਦਦ ਕੀਤੀ ਇਹਨਾਂ ਦੀ ਆਣ ਕੇ ਹੁਣ ਤੱਕ ਸਾਰੀ ਉੱਥੇ ਹੋਈ ਆ। ਗਵਰਨਮੈਂਟ ਦੇ ਵੱਲੋਂ ਕੋਈ ਪੁਖਤਾ ਕਾਰਵਾਈ, ਕੋਈ ਇਸ ਤਰ੍ਹਾਂ ਦਾ ਐਫਰਟ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਕੌਨਫੀਡੈਂਸ ਬਿਲਡ ਹੋਵੇ, ਮੈਨੂੰ ਤਾਂ ਨਜ਼ਰ ਨਹੀਂ ਆਇਆ। ਹਾਂ, ਫੋਟੋਆਂ ਜ਼ਰੂਰ ਸੋਸ਼ਲ ਮੀਡੀਆ 'ਤੇ ਜ਼ਰੂਰ ਹਰ MLA ਜਾਂ ਜਿਹੜੇ ਇਹਨਾਂ ਦੇ ਹੈਗੇ ਰੂਲਿੰਗ ਪਾਰਟੀ ਵਾਲੇ ਆਪਣੇ ਪਾਣੀਆਂ 'ਚ ਵੜ ਕੇ ਉਹ ਆਪਣੀ ਕੋਸ਼ਿਸ਼ ਕਰ ਰਹੇ। ਚਲੋ, ਜੇ ਉਹਨਾਂ ਨੇ ਮਦਦ ਵੀ ਕੀਤੀ, ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਪਰ ਅੱਜ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਲੋੜ ਹੈਗੀ ਕਿ ਇਹ ਜਿਹੜਾ ਬਹੁਤ ਵੱਡਾ ਸੀਰੀਅਸ ਇਸ਼ੂ, ਔਰ ਇਹ ਰੀਅਕਰਿੰਗ ਆ, ਇਹ ਅੱਜ ਵੀ ਆਇਆ ਵਾ, ਇਹ ਹੋ ਸਕਦਾ 2-3 ਸਾਲ ਬਾਅਦ ਇਸੇ ਤਰ੍ਹਾਂ ਹੀ ਉੱਪਰੋਂ ਡੈਮਸ ਦਾ ਪਾਣੀ ਦਰਿਆ ਰਾਹੀਂ ਆਵੇ ਅਤੇ ਫਿਰ ਬੰਨ ਟੁੱਟ ਜਾਣ ਅਤੇ ਫਿਰ ਇਹ ਰਿਪੀਟ ਹੋਵੇ, ਕਿਉਂਕਿ ਪਿਛਲੀ ਕਾਫੀ ਅਰਸੇ ਤੋਂ ਸਾਡੀ ਸਾਰੀ ਗਵਰਨਮੈਂਟਾਂ ਨੇ ਕੋਈ ਸਬਕ ਨਹੀਂ ਸਿੱਖਿਆ। ਇਹ ਮੈਂ ਸਮਝਦਾ ਕਿ ਬਹੁਤ ਸੀਰੀਅਸ ਇਸ਼ੂ, ਵੰਸ ਐਂਡ ਫੋਰ ਆਲ ਇਹ ਐਡਰੈਸ ਹੋਣਾ ਚਾਹੀਦਾ। ਚਲੋ, ਛੋਟਾ ਮੋਟਾ ਨੁਕਸਾਨ ਹੋ ਗਿਆ, ਕੋਈ ਛੋਟੀ ਮੋਟੀ ਨਹਿਰ ਟੁੱਟ ਗਈ, ਅਤੇ ਜੇ ਦਰਿਆਵਾਂ ਦੇ ਬੰਨ ਹੀ ਟੁੱਟਣ ਲੱਗ ਗਏ, ਜੇ ਉਹਦੇ 'ਚ ਹੀ ਬ੍ਰੀਚਸ ਆਉਣ ਲੱਗ ਗਈਆਂ, ਅਤੇ ਫਿਰ ਉਹਦਾ ਮੈਂ ਸਮਝਦਾ ਕਿ ਨੁਕਸਾਨ ਲਗਾਤਾਰ ਆਮ ਜਨਤਾ ਨੂੰ ਹੋਵੇਗਾ। ਅਸੀਂ ਆਪਣੇ ਵੱਲੋਂ ਇੱਕ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਡੇ ਵੱਲੋਂ ਬਹੁਤ ਛੋਟੀ ਜਿਹੀ ਸੇਵਾ ਹੈਗੀ ਆ, ਅਸੀਂ ਕੁਛ ਜ਼ਿਆਦਾ ਨਹੀਂ ਕਰ ਸਕਦੇ, ਪਰ ਜਿੰਨਾ ਵੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਪਿਛਲਾ ਇੱਕ ਹਫ਼ਤਾ ਪੰਜਾਬ ਦੇ ਵਿੱਚ ਹੈ ਨਹੀਂ ਸੀਗਾ, ਕਿਸੇ ਬੜੇ ਜ਼ਰੂਰੀ ਕਰਕੇ ਕੰਮ ਕਰਕੇ ਬਾਹਰ ਗਿਆ ਹੋਇਆ ਸੀਗਾ। ਤੁਰੰਤ ਆਉਂਦਿਆਂ ਸਾਰ ਪਹਿਲਾ ਕੰਮ ਅਸੀਂ ਇਹ ਕੀਤਾ ਕਿ ਅੱਜ ਆਪਣੇ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਇਸ ਫਲੱਡ ਅਫੈਕਟਡ ਵਿੱਚ ਅਸੀਂ ਆਏ ਹਾਂ, ਔਰ ਮੈਂ ਇੱਕ ਵਾਰ ਫਿਰ ਧੰਨਵਾਦ ਕਰਨਾ ਆਪਣੇ ਸਾਰੇ ਪਰਿਵਾਰਾਂ ਦਾ, ਜਿਹੜੇ NRIs ਨੇ ਮੇਰੇ ਇਲਾਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਵਾ, ਸਾਰਿਆਂ ਦਾ ਜੋ ਇੱਥੇ ਹਾਜ਼ਰ ਨੇ, ਔਰ ਅਸੀਂ ਇਹ ਸਮਾਨ ਇੱਥੇ ਜਿਹੜੇ ਇੱਥੋਂ ਦੇ ਮੋਤਵਾਰ ਸੱਜਣ ਨੇ ਉਹਨਾਂ ਨੂੰ ਅਸੀਂ ਫੜਾ ਕੇ ਜਾਵਾਂਗੇ, ਉਹ ਆਪਣੇ ਆਪ ਅਲਟੀਮੇਟਲੀ ਇਸ ਨੂੰ ਅੱਛੇ ਤਰੀਕੇ ਨਾਲ ਡਿਸਟ੍ਰੀਬਿਊਟ ਕਰਨਗੇ। ਸੋ ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਨਾਲ ਜੁੜਨ ਲਈ, ਔਰ ਮੈਂ ਫਿਰ ਕਹੂੰਗਾ ਕਿ ਸਰਕਾਰ ਨੂੰ ਇਹ ਤੋਂ ਬਹੁਤ ਸੀਰੀਅਸ ਇਸ਼ੂ ਸਬਕ ਸਿੱਖਣਾ ਚਾਹੀਦਾ, ਔਰ ਇਹ ਦੁਬਾਰਾ ਸਿਚੁਏਸ਼ਨ ਫਲੱਡਸ ਦੀ ਇਸ ਪੱਧਰ ਦੇ ਉੱਤੇ ਨਾ ਰਾਈਜ਼ ਹੋਵੇ, ਇਹਦਾ ਕੀ ਅਸੀਂ ਪ੍ਰੀਕੋਸ਼ਨਸ ਲੈ ਸਕਦੇ ਹਾਂ ਅਗਲੇ ਸਾਲਾਂ ਵਾਸਤੇ, ਇਹਦਾ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਕਿੱਦਾਂ ਬੈਟਰ ਮੇਨਟੇਨੈਂਸ ਰਿਵਰਸ ਦੀ ਔਰ ਸਾਰੇ ਜਿਹੜੇ ਬੰਨ ਨੇ ਉਹਨਾਂ ਦੀ ਅਤੇ ਕਨਾਲਸ ਅਤੇ ਕੱਸੀਆਂ ਦੀ ਅਤੇ ਖਾਲਿਆਂ ਦੀ ਸਫਾਈ ਹੁੰਦੀ ਰਹੇ ਲਗਾਤਾਰ, ਜਿੱਦਾਂ ਪਹਿਲਾਂ ਹੁੰਦੀ ਸੀ ਕਿਸੇ ਵੇਲੇ, ਤਾਂ ਹੀ ਸਾਡੇ ਦਰਿਆ ਜਿਹੜੇ ਨੇ ਉਹ ਇੱਕ ਹੜ੍ਹ ਵਾਲੇ ਸਿਚੁਏਸ਼ਨ ਤੋਂ ਲੋਕਾਂ ਨੂੰ ਬਚਾ ਸਕਦੇ ਨੇ।